ਇਹਨੀ ਦਿਨੀ ਪੂਰਾ ਉੱਤਰੀ ਭਾਰਤ ਠੰਡ ਦੀ ਮਾਰ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਠੰਡ ਨੇ ਫਰੀਦਕੋਟੀਆਂ 'ਤੇ ਵੀ ਖਾਸੀ ਮਿਹਰ ਕੀਤੀ ਹੋਈ ਹੈ। ਫਰੀਦਕੋਟ ਬੀਤੇ 3-4 ਦਿਨਾਂ ਤੋਂ ਪੰਜਾਬ ਦਾ ਸਭ ਤੋਂ ਵੱਧ ਠੰਡਾ ਸ਼ਹਿਰ ਹੈ। ਇੱਥੇ ਪਾਰਾ 2 ਡਿਗਰੀ ਤੋਂ ਵੀ ਹੇਠਾਂ ਰਿਕਾਰਡ ਕੀਤਾ ਗਿਆ ਹੈ ਅਤੇ ਲਗਾਤਾਰ ਪੈ ਰਹੀ ਠੰਡ ਵਿੱਚ ਅੱਜ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਇਸ ਮੌਸਮ ਨੇ ਅੱਜ ਆਮ ਜਨ ਜੀਵਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਮੌਸਮ ਬਹੁਤ ਜੀ ਠੰਡ ਬਹੁਤ ਜ਼ਿਆਦਾ ਹੈ ਜੀ, ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਜੀ, ਬਹੁਤ ਮੁਸ਼ਕਿਲ ਹੈ ਜੀ। ਕਿਹੜੇ ਪਿੰਡ 'ਚੋਂ ਤੁਸੀਂ ਦੁੱਧ ਲੈ ਕੇ ਆ ਰਹੇ? ਸਿੱਖਾਂ ਵਾਲੇ ਹੋ ਨਾ ਬਾਈ ਜੀ, ਬਹੁਤ ਮੁਸ਼ਕਿਲ ਨਾਲ ਆਵਾਂ ਜੀ। ਇੱਕ ਧੁੰਦ ਦਾ ਬਹੁਤ ਜ਼ਿਆਦਾ ਅੱਜ ਮੌਸਮ ਦੇਖਿਆ ਗਿਆ ਕਿ ਮੌਸਮ 'ਚ ਧੁੰਦ ਵੀ ਬਹੁਤ ਜ਼ਿਆਦਾ। ਹਾਂਜੀ ਬਹੁਤ ਜ਼ਿਆਦਾ ਆ ਜੀ, ਧੁੰਦ ਦਿਸ ਨਹੀਂ ਰਿਹਾ ਕੁਛ ਜੀ, ਪਸ਼ੂਆਂ ਦਾ ਬਹੁਤ ਔਖਾ ਹੋਇਆ ਪਿਆ ਜੀ ਠੰਡ ਦੇ ਵਿੱਚ। ਅਤੇ ਬਹੁਤ ਔਖਾ ਜੀ। ਦੁੱਧ ਦਾ ਕੰਮ ਕਰਦੇ ਹੋ, ਕਿਸ ਤਰ੍ਹਾਂ ਦੀਆਂ ਮਤਲਬ ਦਿੱਕਤਾਂ? ਮੁਸੀਬਤਾਂ ਬਹੁਤ ਆਉਂਦੀਆਂ ਜੀ ਬਾਈ ਜੀ, ਬਹੁਤ ਮੁਸ਼ਕਿਲ ਹੋਈ ਪਈ ਹੈ ਜੀ ਠੰਡ ਦੇ ਵਿੱਚ ਆਉਣਾ ਵੀ ਜੀ, ਹੱਥ ਪੈਰ ਸਾਰਾ ਕੁਛ ਸਾਨੂੰ ਜ਼ਿਆਦਾ ਜੀ। ਆ ਤੁਹਾਡੇ ਸਾਹਮਣੇ ਸੇਕੀ ਜਾਂਦੇ ਆ ਅੱਗ, ਕੰਮ ਕਰਨ ਨੂੰ ਚਿੱਤ ਨਹੀਂ ਕਰਦਾ ਹੈਗਾ, ਇਤਨਾ ਹੀ ਮਤਲਬ ਕਿ ਹੱਥ ਲਹਿ ਰਹੇ ਆ ਨਾਲੋਂ। ਇੰਨੀ ਠੰਡਾ? ਹਾਂਜੀ ਦਿਨਾਂ ਤੋਂ ਪੈਰੀ ਠੰਡ, 4-5 ਦਿਨ ਹੋ ਗਏ, ਬਹੁਤ ਜ਼ਿਆਦਾ ਠੰਡ ਆ, ਉਵੇਂ ਕੰਮ ਕਰੀ ਜਾਂਦੇ ਆ ਮਜਬੂਰੀ ਦਾ। ਫਰੀਦਕੋਟ ਤੋਂ ਜਗਤਾਰ ਦੋਸਾਂਝ, ਜੀਵੇ ਪੰਜਾਬ ਟੀਵੀ।